ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਇਸ ਮਹੀਨੇ ਦੇ ਰਾਹੀਂ ਪਾਵਨ ਉਪਦੇਸ਼ ਦਿੰਦਿਆਂ ਮਨੁੱਖ ਨੂੰ ਸਮਝਾਉਂਦੇ ਹੈ। ਅੱਜ ਦੇ ਮਹੀਨੇ ਰਾਹੀਂ ਸਤਿਗੁਰਾਂ ਨੇ ਦੋ ਬਚਨ ਕਹਿ, ਇੱਕ ਹੈ ਤਪੰਦਾ, ਇੱਕ ਹੈ ਸੁਹੰਦਾ। ਮਨੁੱਖ ਨੇ ਸਫ਼ਰ ਤੈਅ ਕਰਨਾ ਹੈ ਤਪੰਦੇ ਤੋਂ ਲੈ ਕੇ ਸੁਹੰਦੇ ਤੱਕ। ਇਹ ਮਹੀਨਾ ਤੇਰੇ ਵਾਸਤੇ ਤਪਦਾ ਵੀ ਹੋ ਸਕਦਾ ਏ, ਇਹ ਮਹੀਨਾ ਤੇਰੇ ਵਾਸਤੇ ਸ਼ੋਭਨੀਕ ਵੀ ਹੋ ਸਕਦਾ ਏ। ਇਹ ਮਨੁੱਖ ਦੀ ਮਰਜ਼ੀ ਹੈ, ਮਨੁੱਖ ਨੇ ਤਪਸ਼ ਵਾਲੇ ਪਾਸੇ ਜਾਣਾ ਏ ਅਤੇ ਜਾਂ ਫਿਰ ਮਨੁੱਖ ਨੇ ਸੁਹੰਦੇ ਵਾਲੇ ਪਾਸੇ ਜਾਣਾ। ਜਦੋਂ ਆਪਾਂ ਬਾਹਰੀ ਤੌਰ ਦੇ ਉੱਪਰ ਵੇਖਦੇ ਹਾਂ ਤਾਂ ਇਹ ਮਹੀਨਾ ਬਹੁਤ ਤਪਿਆ ਹੋਇਆ, ਬਹੁਤ ਗਰਮ ਹੈ। ਇੰਨਾ ਜ਼ਿਆਦਾ ਗਰਮ ਹੈ ਕਿ ਦੋ ਮਿੰਟ ਵਾਸਤੇ ਕੋਈ ਚੀਜ਼ ਸੂਰਜ ਦੇ ਸਾਹਮਣੇ ਰਹਿ ਜਾਵੇ, ਧੁੱਪੇ ਰਹਿ ਜਾਵੇ, ਬਾਹਰ ਰਹਿ ਜਾਵੇ ਅਤੇ ਉਹ ਵੀ ਜਿਹੜੀ ਹੈ ਇੰਨਾ ਜ਼ਿਆਦਾ ਗਰਮ ਹੋ ਜਾਂਦੀ ਹੈ ਵੀ ਹੱਥ ਲਾਉਣਾ ਮੁਸ਼ਕਲ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਮਹੀਨੇ ਦੇ ਬਾਰੇ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਇਹ ਮਹੀਨਾ ਇੰਨਾ ਤਪਦਾ ਹੈ, ਅਸਾੜ ਭਲਾ ਸੂਰਜ ਅਗਨ ਤਪੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੂਰਜ ਵੀ ਤਪਦਾ ਹੈ, ਗਗਨ ਆਕਾਸ਼ ਵੀ ਤਪਦਾ ਹੈ, ਧਰਤੀ ਦੁੱਖ ਸਹੈ, ਸੁੱਖ ਹੈ ਅਗਨ ਪਖੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਧਰਤੀ ਦੁੱਖ ਸਹਿੰਦੀ ਹੈ, ਭਾਵ ਕਿ ਤਪ ਰਹੀ ਹੈ, ਉਹਦੇ ਵਿੱਚੋਂ ਵੀ ਸੇਕ ਨਿਕਲਦਾ ਹੈ, ਅੱਗ ਨਿਕਲਦੀ ਹੈ। ਕੋਈ ਮਨੁੱਖ ਨੰਗਾ ਪੈਰ ਧਰਤੀ 'ਤੇ ਨਹੀਂ ਰੱਖ ਸਕਦਾ, ਇੰਨੀ ਗਰਮੀ ਹੈ, ਇੰਨੀ ਤਪਸ਼ ਹੈ। ਅਤੇ ਮਹਾਰਾਜ ਕਹਿੰਦੇ ਨੇ ਫਿਰ ਇਸ ਤਪਸ਼ ਦੇ ਨਾਲ ਹੋਇਆ ਕਿ, ਗੁਰਦੇਵ ਕਹਿੰਦੇ ਹੋਇਆ ਇਹ ਹੈ ਅਗਨ ਰਸ ਸੁੱਖ ਹੈ, ਜਿਹੜਾ ਰਸ ਸੀ ਨਾ ਉਹ ਸੁੱਕ ਗਿਆ ਹੈ। ਕਿਹੜਾ ਰਸ? ਜਿਹੜੀ ਸਿੱਲ ਸੀ, ਸਲਾਬ ਸੀ, ਉਹ ਸੁੱਕ ਗਈ ਹੈ। ਹੁਣ ਧਰਤੀ ਦੇ ਵਿੱਚ ਸਲਾਬ ਨਹੀਂ ਰਹਿ ਗਈ, ਰਸ ਨਹੀਂ ਰਹਿ ਗਿਆ, ਕੇਵਲ ਅਤੇ ਕੇਵਲ ਤਪਸ਼ ਹੈ। ਮਹਾਰਾਜ ਕਹਿੰਦੇ ਆਗਣ ਰਸ ਸੁੱਖ ਹੈ, ਮਰੀਏ ਧੋਖ ਹੈ, ਸੋਪੀ ਕਿਰਤਨਾ ਹਾਰ ਹੈ। ਸੂਰਜ ਜਿਹੜਾ ਹੈ ਨਾ ਉਹ ਫਿਰ ਵੀ ਚੱਲੀ ਜਾਂਦਾ, ਉਹ ਫਿਰ ਵੀ ਘੁੰਮੀ ਜਾਂਦਾ ਹੈ, ਉਹ ਆਪਣੇ ਕੰਮ ਤੋਂ ਜਿਹੜਾ ਉਹ ਹਾਰਦਾ ਨਹੀਂ, ਭਾਵ ਉਹ ਆਪਣੇ ਕੰਮ ਨੂੰ ਛੱਡਦਾ ਨਹੀਂ। ਜੋ ਰੱਬੀ ਹੁਕਮ ਹੈ ਉਹਦੇ ਅਨੁਸਾਰ ਸੂਰਜ ਜਿਹੜਾ ਉਹ ਚੱਲੀ ਜਾਂਦਾ ਹੈ ਅਤੇ ਇਸ ਧਰਤੀ ਦੇ ਉੱਪਰ ਤਪਸ਼ ਪਈ ਜਾਂਦੀ ਹੈ। ਧਰਤੀ ਦਾ ਜਿਹੜਾ ਹਿੱਸਾ ਸੂਰਜ ਦੇ ਨੇੜੇ ਜਾਂਦਾ ਹੈ ਉਸ ਧਰਤੀ ਦੇ ਹਿੱਸੇ ਦੇ ਉੱਪਰ ਜਿਹੜਾ ਹੈ ਉਹ ਤਪਸ਼ ਹੁੰਦੀ ਹੈ, ਗਰਮੀ ਹੁੰਦੀ ਹੈ। ਜਿਹੜਾ ਹਿੱਸਾ ਸੂਰਜ ਤੋਂ ਦੂਰ ਜਾਂਦਾ ਹੈ ਉਹਦੇ ਉੱਪਰ ਜਿਹੜੀ ਉਹ ਠੰਡ ਹੁੰਦੀ ਹੈ। ਦੁਨਿਆਵੀ ਤੌਰ ਦੇ ਉੱਪਰ ਮਹੀਨਾ ਬਹੁਤ ਤਪਿਆ ਹੋਇਆ, ਬਹੁਤ ਗਰਮ ਹੈ, ਪਰ ਜਦੋਂ ਆਪਾਂ ਵੇਖਦੇ ਹਾਂ ਵੀ ਬਾਹਰੀ ਤੌਰ ਦੇ ਉੱਪਰ ਮਹੀਨਾ ਗਰਮ ਹੈ ਅਤੇ ਇਸ ਗਰਮੀ ਤੋਂ ਬਚਣ ਵਾਸਤੇ ਆਪਾਂ ਕਈ ਪ੍ਰਕਾਰ ਦੇ ਸਾਧਨ ਜਿਹੜੇ ਉਹ ਪੈਦਾ ਕਰ ਲਏ। ਪੱਖੇ ਥੱਲੇ ਬੈਠਿਆ ਜਾ ਸਕਦਾ ਹੈ, ਏਸੀ ਦਾ ਪ੍ਰਬੰਧ ਕੀਤਾ ਹੋਇਆ ਹੈ, ਕਈ ਪ੍ਰਕਾਰ ਦੇ ਜਿਹੜੇ ਸਾਧਨ ਹੈ ਉਹ ਬੰਦੇ ਨੇ ਪੈਦਾ ਕਰ ਲਏ ਵੀ ਕਿਸੇ ਤਰੀਕੇ ਨਾਲ ਮੈਂ ਇਸ ਅੱਗ ਤੋਂ ਬਚ ਸਕਾਂ, ਇਸ ਗਰਮੀ ਤੋਂ ਬਚ ਸਕਾਂ। ਮਹਾਰਾਜ ਕਹਿੰਦੇ ਨੇ ਕਹਿੰਦੇ ਬਾਹਰ ਦੀ ਅੱਗ ਤੋਂ ਤਾਂ ਤੂੰ ਬਚ ਜਾਏਗਾ, ਇੱਕ ਅੱਗ ਹੋਰ ਹੈ ਸਤਿਗੁਰੂ, ਉਹ ਕਿਹੜੀ ਹੈ? ਮਹਾਰਾਜ ਕਹਿੰਦੇ ਇੱਕ ਅੱਗ ਉਹ ਹੈ ਜਿਹੜੀ ਤੇਰੇ ਅੰਦਰ ਲੱਗੀ ਹੋਈ ਹੈ, ਉਹਦੇ ਤੋਂ ਕਿਵੇਂ ਬਚੇਗਾ?
ਜਿਵੇਂ ਬਾਹਰੀ ਤੌਰ 'ਤੇ ਗਰਮੀ ਤੋਂ ਬਚਣ ਵਾਸਤੇ ਬੰਦੇ ਨੇ ਪ੍ਰਬੰਧ ਕੀਤੇ ਹੈ ਕਿ ਅੰਦਰ ਦੀ ਗਰਮੀ ਤੋਂ ਬਚਣ ਵਾਸਤੇ, ਅੰਦਰ ਦੀ ਤਪਸ਼ ਤੋਂ ਬਚਣ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਹੈ? ਉਹਦੇ ਵਾਸਤੇ ਬੰਦੇ ਨੇ ਕੋਈ ਪ੍ਰਬੰਧ ਨਹੀਂ ਕੀਤਾ। ਸਤਿਗੁਰੂ ਕਹਿੰਦੇ ਨੇ ਅੱਗ ਦੇ ਨਾਲ ਵਾਸਤਾ ਤੇ ਬੰਦੇ ਦਾ ਉਦਣ ਹੀ ਪੈ ਗਿਆ ਸੀ ਜਿੱਦਣ ਅਜੇ ਬੰਦਾ ਧਰਤੀ 'ਤੇ ਵੀ ਨਹੀਂ ਸੀ ਆਇਆ। ਜਦੋਂ ਮਾਤਾ ਦੇ ਉਦਰ ਵਿੱਚ ਸੀ ਉਦਣ ਤੋਂ ਹੀ ਮਨੁੱਖ ਦਾ ਵਾਸਤਾ ਅੱਗ ਦੇ ਨਾਲ ਪੈ ਗਿਆ ਸੀ, ਉਦਣ ਤੋਂ ਹੀ ਬੰਦੇ ਦਾ ਸੰਬੰਧ ਅੱਗ ਨਾਲ ਜੁੜ ਗਿਆ ਸੀ। ਆਪਾਂ ਮੁਬਾਰਕ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਵੇਂ ਮਾਤਾ ਦੇ ਉਦਰ ਵਿੱਚ ਅੱਗ ਹੈ, ਇੱਦਾਂ ਹੀ ਬਾਹਰ ਅੱਗ ਵਿਕਾਰਾਂ ਦੀ ਹੈ, ਇੱਦਾਂ ਹੀ ਬਾਹਰ ਅੱਗ ਜਿਹੜੀ ਹੈ ਉਹ ਰੱਬ ਨਾਲੋਂ ਟੁੱਟ ਕੇ ਹੈ, ਉਹ ਤ੍ਰਿਸ਼ਨਾ ਦੀ ਅੱਗ ਹੈ। ਇੱਦਾਂ ਹੀ ਮਾਤਾ ਦੇ ਉਦਰ ਵਿੱਚ ਅੱਗ ਸੀ। ਸਤਿਗੁਰੂ ਕਹਿੰਦੇ ਨੇ ਇਸ ਸੰਸਾਰ ਵਿੱਚ ਤਾਂ ਇੰਨੀ ਭਿਆਨਕ ਅੱਗ ਹੈ ਵੀ ਇਹਦੇ ਤੋਂ ਬਚਣਾ ਜਿਹੜਾ ਹੈ ਨਾ ਉਹ ਬਹੁਤ ਮੁਸ਼ਕਲ ਹੈ। ਮਹਾਰਾਜ ਕਿਹੜੀ ਅੱਗ ਹੈ? ਅਤੇ ਗੁਰਦੇਵ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਚਾਰ ਅੱਗ ਦੀਆਂ ਨਦੀਆਂ ਵਗਦੀਆਂ ਪਈਆਂ। ਚਾਰ, ਆਪਾਂ ਹੈਰਾਨ ਹੋ ਕੇ ਕਹਾਂਗੇ ਮਹਾਰਾਜ ਕਿ ਪਾਣੀ ਦੀ ਨਦੀ ਤਾਂ ਸੁਣੀ ਹੈ, ਅੱਗ ਦੀ ਨਦੀ ਤਾਂ ਕਦੇ ਸੁਣੀ ਨਹੀਂ। ਮਹਾਰਾਜ ਕਹਿੰਦੇ ਅੱਗ ਦੀਆਂ ਚਾਰ ਨਦੀਆਂ ਵਗਦੀਆਂ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਹੰਸ ਦਾ ਭਾਵ ਹੈ ਕਠੋਰਤਾ, ਨਿਰਦਈ ਪੁਣਾ। ਜਿਹੜੇ ਬੰਦੇ ਦੇ ਅੰਦਰ ਕਦੇ ਦਇਆ ਹੀ ਨਹੀਂ ਆਈ, ਜਿਹੜੇ ਬੰਦੇ ਦੇ ਅੰਦਰ ਕਦੇ ਤਰਸ ਹੀ ਪੈਦਾ ਨਹੀਂ ਹੋਇਆ, ਤਾਂ ਹੀ ਸਤਿਗੁਰੂ ਨੇ ਬੰਦੇ ਨੂੰ, ਸਿੱਖ ਨੂੰ ਖਾਸ ਤੌਰ ਦੇ ਉੱਪਰ ਪਹਿਲੇ ਨੰਬਰ 'ਤੇ ਦਇਆ ਹੀ ਦਿੱਤੀ ਹੈ। ਤੌਲ ਧਰਮ ਦਇਆ ਕਾ ਪੂਤ, ਪੰਜਾਂ ਦੀ ਸਿਰਜਣਾ ਕੀਤੀ ਮਹਾਰਾਜ ਨੇ, ਪਹਿਲਾਂ ਦਇਆ ਪੈਦਾ ਕੀਤੀ। ਜੇ ਦਇਆ ਨਹੀਂ ਆਏਗਾ ਕਦੇ ਬੰਦਾ ਧਰਮੀ ਹੋ ਹੀ ਨਹੀਂ ਸਕਦਾ। ਜੇ ਬੰਦੇ ਦੇ ਮਨ ਅੰਦਰ ਕਦੇ ਤਰਸ ਨਹੀਂ ਆਇਆ ਉਹ ਬੰਦਾ ਕਦੇ ਧਰਮੀ ਹੋ ਹੀ ਨਹੀਂ ਸਕਦਾ। ਜਿਹੜਾ ਨਿਰਦਈ ਹੈ ਉਹ ਅੱਗ ਦੇ ਵਿੱਚ ਸੜ ਰਿਹਾ ਹੈ, ਉਹਦੇ ਅੰਦਰ ਅੱਗ ਲੱਗੀ ਹੋਈ ਹੈ। ਜਿਹੜਾ ਨਿਰਦਈ ਹੋ ਗਿਆ ਉਹ ਇੰਨਾ ਜ਼ਿਆਦਾ ਨਿਰਦਈ ਹੋ ਗਿਆ, ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਵੀ ਨਹੀਂ ਬਖਸ਼ਿਆ, ਕਤਲ ਕਰਦੇ। ਉਹਨੇ ਨਹੀਂ ਵੇਖਿਆ ਵੀ ਇਸ ਮਾਤਾ ਪਿਤਾ ਨੇ ਮੈਨੂੰ ਜਨਮ ਦੇ ਕੇ ਵੱਡਿਆਂ ਕਰਕੇ ਪਾਲਿਆ ਪੋਛਿਆ ਹੈ, ਉਹਨੇ ਆਪਣੇ ਮਾਤਾ ਪਿਤਾ ਨੂੰ ਕੈਦ ਕਰਤਾ। ਜਿਹੜਾ ਨਿਰਦਈ ਹੋ ਗਿਆ ਉਹ ਇੰਨੀ ਵੱਡੀ ਅੱਗ ਦੇ ਵਿੱਚ ਸੜ ਰਿਹਾ ਹੈ, ਉਹਨੇ 7 ਤੇ 9 ਸਾਲ ਦੇ ਮਸੂਮਾਂ ਦੇ ਉੱਪਰ ਵੀ ਕੋਈ ਲਿਹਾਜ਼ ਨਹੀਂ ਕੀਤਾ, ਨੀਹਾਂ ਵਿੱਚ ਚਿਣ ਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਸ਼ਹੀਦ ਕਰਤਾ। ਉਹ ਇੰਨਾ ਨਿਰਦਈ ਹੋ ਗਿਆ, ਜਿਹਦੇ ਅੰਦਰ ਦਇਆ ਨਾਂ ਦੀ ਕੋਈ ਚੀਜ਼ ਹੀ ਨਹੀਂ ਆਈ ਉਹ ਇੰਨਾ ਨਿਰਦਈ ਹੋ ਗਿਆ। 4.25 ਸਾਲ ਦੇ ਬੱਚੇ ਅਜੇ ਸਿੰਘ ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਜਾ ਰਿਹਾ ਹੈ, ਇੰਨਾ ਨਿਰਦਈ ਹੋ ਗਿਆ। ਜਿਹੜਾ ਨਿਰਦਈ ਹੋ ਗਿਆ ਉਹ ਇੱਦਾਂ ਦਾ ਬਣ ਗਿਆ ਵੀ ਉਹਨੇ ਨਿੱਕੇ ਨਿੱਕੇ ਬੱਚਿਆਂ ਨੂੰ ਉੱਚਾ ਸੁੱਟ ਕੇ ਨੇਜਿਆਂ ਦੇ ਵਿੱਚੋਂ ਦੀ ਪਰੋ ਦਿੱਤਾ, ਫਿਰ ਉਹਨਾਂ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ। ਉਹਨੇ ਰੰਚਕ ਮਾਤਰ ਵੀ ਕੋਈ ਤਰਸ ਨਹੀਂ ਕੀਤਾ ਕਿਉਂਕਿ ਅੰਦਰ ਕਠੋਰਤਾ ਦੀ ਅੱਗ ਮੱਚਦੀ ਪਈ ਹੈ, ਅੰਦਰ ਕਠੋਰਤਾ ਹੈ,
ਅੰਧ ਨਿਰਦਈ ਹੈ, ਉਸ ਅੱਗ ਦੇ ਵਿੱਚ ਮਨੁੱਖ ਸੜ ਰਿਹਾ ਹੈ। ਜਿਹੜਾ ਨਿਰਦਈ ਹੋ ਗਿਆ, ਸੱਚ ਜਾਣੀਏ, ਉਹਨਾਂ ਨੇ ਇੰਨਾ ਤਸ਼ੱਦਦ ਕੀਤਾ ਵੀ ਥਾਣਿਆਂ ਦੇ ਵਿੱਚ ਰੱਖ ਰੱਖ ਕੇ ਗੁਰੂ ਕੇ ਸਿੱਖਾਂ ਨੂੰ ਮਾਰ ਮਾਰ ਕੇ ਉਹਨਾਂ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ, ਸਿੱਖਾਂ ਦੇ ਪੇਟ ਦੇ ਵਿੱਚ ਦੀ ਗਰਮ ਕਰਕੇ ਸੀਖਾਂ ਲੰਘਾ ਦਿੱਤੀਆਂ ਗਈਆਂ, ਗੁਰੂ ਕੇ ਸਿੱਖਾਂ ਦੀਆਂ ਬੁਲਾਰਿਆਂ ਦੀਆਂ ਜ਼ਬਾਨਾਂ ਕੱਟ ਦਿੱਤੀਆਂ ਗਈਆਂ, ਪ੍ਰੈਸਾਂ ਦੇ ਨਾਲ ਸਾੜ ਦਿੱਤਾ ਗਿਆ, ਜੀਭਾਂ ਦੇ ਮਗਰ ਘਸੀਟ ਘਸੀਟ ਕੇ ਮਾਰਿਆ ਗਿਆ। ਜਿਹੜਾ ਨਿਰਦਈ ਹੋ ਗਿਆ, ਉਹਦੇ ਅੰਦਰ ਉਹ ਅੱਗ ਮੱਚਦੀ ਪਈ ਹੈ, ਉਹਨੂੰ ਰੰਚਕ ਮਾਤਰ ਵੀ ਤਰਸ ਨਹੀਂ ਆਉਂਦਾ ਵੀ ਜਿਹੜਾ ਜ਼ੁਲਮ ਮੈਂ ਕਰ ਰਿਹਾ ਹਾਂ ਇਹ ਜ਼ੁਲਮ ਪਾਪ ਹੈ, ਉਹ ਨਹੀਂ ਸੋਚਦਾ। ਮਹਾਰਾਜ ਕਹਿੰਦੇ ਨੇ ਪਹਿਲੀ ਅੱਗ ਹੈ ਬੰਦੇ ਦੇ ਅੰਦਰ, ਉਹ ਹੈ ਨਿਰਦਈ ਪੁਣਾ। ਹੰਸ, ਹੇਤ, ਹੇਤ ਦਾ ਅਰਥ ਹੈ ਮੋਹ। ਇੱਕ ਹੈ ਬੰਦੇ ਦੇ ਅੰਦਰ ਮੋਹ ਦੀ ਅੱਗ ਦੀ ਨਦੀ ਵਗਦੀ ਪਈ ਹੈ। ਮੋਹ ਕਹਿੰਦਾ ਸਾਰਾ ਕੁਝ ਖੋ ਕੇ ਮੈਂ ਆਪਣੇ ਕੋਲ ਰੱਖ ਲਾਂ। ਮੋਹ ਕਦੇ ਵੰਡ ਕੇ ਖਾਣਾ ਨਹੀਂ ਸਿਖਾਉਂਦਾ। ਮੋਹ ਕਹਿੰਦਾ ਵੀ ਜੋ ਕੁਝ ਮੇਰੇ ਕੋਲ ਹੀ ਆਉਣਾ ਚਾਹੀਦਾ ਹੈ। ਪ੍ਰੇਮ ਵੰਡ ਕੇ ਖਾਣਾ ਸਿਖਾਉਂਦਾ ਹੈ। ਪ੍ਰੇਮ ਹੋਣਾ ਚਾਹੀਦਾ ਬੰਦੇ ਅੰਦਰ, ਪਿਆਰ ਹੋਣਾ ਚਾਹੀਦਾ ਮਨੁੱਖ ਦੇ ਅੰਦਰ, ਪਰ ਜਿਹੜਾ ਮੋਹ ਹੈ ਉਹ ਕਹਿੰਦਾ ਕੇਵਲ ਮੈਂ ਹੀ ਪ੍ਰਧਾਨ ਹੈ, ਇਸ ਕਰਕੇ ਦੂਸਰੇ ਦੇ ਮੂੰਹ 'ਚੋਂ ਵੀ ਬੁਰਕੀ ਖੋ ਕੇ ਉਹ ਮੇਰੇ ਹੀ ਪੈਣੀ ਚਾਹੀਦੀ ਹੈ। ਮੋਹ ਕੇਵਲ ਅਤੇ ਕੇਵਲ ਆਪਣਾ ਆਪ ਹੀ ਸਿਖਾਉਂਦਾ, ਉਹ ਕਿਸੇ ਨੂੰ ਵੰਡ ਕੇ ਖਾਣਾ ਨਹੀਂ ਸਿਖਾਉਂਦਾ। ਸਤਿਗੁਰੂ ਕਹਿੰਦੇ ਨੇ ਮੋਹ ਖੋਣਾ ਦੱਸਦਾ ਹੈ, ਅਤੇ ਇਸ ਕਰਕੇ ਦੂਸਰੀ ਅੱਗ ਦੀ ਨਦੀ ਹੈ ਬੰਦੇ ਦੇ ਅੰਦਰ, ਉਹ ਮੋਹ ਦੀ ਅੱਗ ਦੀ ਨਦੀ ਹੈ। ਲੋਭ, ਲਾਲਚ ਤੀਸਰਾ ਹੈ ਮਨੁੱਖ ਦੇ ਅੰਦਰ। ਲਾਲਚ, ਮਨੁੱਖ ਕਹਿੰਦਾ ਹੋਰ ਚਾਹੀਦਾ, ਹੋਰ ਚਾਹੀਦਾ, ਜੋ ਕੁਝ ਹੈ ਇਹਦੇ ਨਾਲੋਂ ਹੋਰ ਵੱਧ ਚਾਹੀਦਾ ਹੈ। ਉਹ ਲਾਲਚ ਇੱਦਾਂ ਦਾ ਹੈ, ਉਹ ਤ੍ਰਿਸ਼ਨਾ ਦੀ ਅੱਗ ਇੱਦਾਂ ਦੀ ਹੈ ਵੀ ਜਿਵੇਂ ਅੱਗ ਦੇ ਉੱਪਰ ਬਾਲਣ ਰੱਖੀ ਜਾਈਏ ਰੱਖੀ ਜਾਈਏ, ਕਦੇ ਅੱਗ ਜਿਹੜੀ ਹੈ ਉਹ ਰੱਜਦੀ ਨਹੀਂ। ਉਹ ਨਹੀਂ ਕਹਿੰਦੀ ਵੀ ਹੁਣ ਮੈਂ ਅੱਗ ਮੱਚ ਮੱਚ ਕੇ ਰੱਜ ਗਈ ਹਾਂ, ਹੁਣ ਹੋਰ ਬਾਲਣ ਨਾ ਰੱਖ, ਉਹਦੀ ਵੱਲੋਂ ਜਿੰਨਾ ਮਰਜ਼ੀ ਬਾਲਣ ਪਾਈ ਜਾਈਏ ਅੱਗ ਨੇ ਸਾੜੀ ਜਾਣਾ ਹੈ। ਮਹਾਰਾਜ ਕਹਿੰਦੇ ਇਹੀ ਹਾਲਤ ਉਸ ਬੰਦੇ ਦੀ ਹੈ ਜਿਹਦੇ ਅੰਦਰ ਕੇਵਲ ਤ੍ਰਿਸ਼ਨਾ ਦੀ ਅੱਗ ਲੱਗ ਗਈ, ਜਿਹੜਾ ਲਾਲਚ ਦੇ ਵਿੱਚ ਹੈ। ਸਹਿਸ ਖਟੈ ਲੱਖ ਪੌ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਸੌ ਤੋਂ ਲੱਖ, ਹਜ਼ਾਰ, ਹਜ਼ਾਰ ਤੋਂ ਲੱਖ, ਬਸ ਉਹ ਕਹਿੰਦਾ ਹੋਰ ਚਾਹੀਦਾ, ਹੋਰ ਚਾਹੀਦਾ ਬਸ। ਉਹ ਲਾਲਚ ਇਸ ਤਰ੍ਹਾਂ ਦੇ ਨਾਲ ਹੈ ਜਿਵੇਂ ਇੱਕ ਬਾਲਟੀ ਦਾ ਕੋਈ ਥੱਲਾ ਹੀ ਹੈ ਨਹੀਂ, ਉਹਦੇ ਵਿੱਚ ਕੋਈ ਚੀਜ਼ ਟਿਕ ਨਹੀਂ ਸਕਦੀ, ਅਤੇ ਉਸ ਮਨੁੱਖ ਦੇ ਅੰਦਰ ਵੀ ਕੋਈ ਥੱਲਾ ਹੈ ਨਹੀਂ। ਸੰਤੋਖ ਰੂਪੀ ਥੱਲਾ ਹੋਏਗਾ ਅਤੇ ਉਹ ਕਦੇ ਸਬਰ ਸ਼ੁਕਰ ਵਿੱਚ ਆਏਗਾ। ਜਿਹਦੇ ਅੰਦਰ ਸੰਤੋਖ ਰੂਪੀ ਥੱਲਾ ਹੀ ਹੈ ਨਹੀਂ, ਉਹ ਕਦੇ ਸਬਰ ਅਤੇ ਸ਼ੁਕਰ ਵਿੱਚ ਕਦੇ ਵੀ ਨਹੀਂ ਆਏਗਾ। ਉਹ ਲਾਲਚ, ਉਹ ਕਹਿੰਦਾ ਹੋਰ ਚਾਹੀਦਾ, ਉਹ ਕਿਸੇ ਕੋਲੋਂ ਲੁੱਟ ਕੇ ਲਿਆ ਸਕਦਾ ਹੈ, ਉਹ ਕਿਸੇ ਕੋਲੋਂ ਖੋ ਸਕਦਾ ਹੈ, ਉਹ ਫਿਰ ਰੰਚਕ ਮਾਤਰ ਕਿਸੇ 'ਤੇ ਤਰਸ ਵੀ ਨਹੀਂ ਕਰਦਾ ਖੋਣ ਲੱਗਿਆਂ। ਬਾਬਾ ਕਬੀਰ ਸਾਹਿਬ ਕਹਿੰਦੇ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਪ੍ਰਪੰਚ ਕਰਕੇ, ਛਲ ਕਰਕੇ, ਕਪਟ ਕਰਕੇ, ਧੋਖਾ ਕਰਕੇ ਧਨ ਇਕੱਠਾ ਕਰਕੇ ਲਿਆਉਂਦਾ ਹੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤਨ ਬੇਰਾ ਤੇਰੇ ਜੀ ਪਹਿ ਲੀਜੈ। ਉਹ ਬਾਹਰੋਂ ਇਕੱਠਾ ਕਰਕੇ ਲਿਆਉਂਦਾ ਹੈ, ਆਪਣੇ ਪਰਿਵਾਰ ਨੂੰ ਖਵਾਉਂਦਾ ਹੈ,
ਪਰਿਵਾਰ ਦੇ ਜੀਆਂ ਦੇ ਵਿੱਚ ਵੰਡਦਾ ਲਿਆ ਗਿਆ। ਮਹਾਰਾਜ ਕਹਿੰਦੇ ਇਹ ਅੱਗ ਦੀ ਨਦੀ ਬੰਦੇ ਦੇ ਅੰਦਰ ਵਗਦੀ ਪਈ ਹੈ। ਹੰਸ, ਹੇਤ, ਲੋਭ, ਕੋਪ, ਕੋਪ ਦਾ ਅਰਥ ਹੈ ਕ੍ਰੋਧ। ਜੇ ਕ੍ਰੋਧ ਆ ਗਿਆ ਤੇ ਕ੍ਰੋਧ ਜਿਹੜਾ ਹੈ ਨਾ ਉਹ ਅੰਦਰ ਨੂੰ ਸਾੜ ਕੇ ਰੱਖ ਦਿੰਦਾ ਹੈ। ਕ੍ਰੋਧ ਦੇ ਵਿੱਚ ਕੀਤਾ ਹੋਇਆ ਕੰਮ ਜਿਹੜਾ ਹੈ ਉਹ ਬੰਦੇ ਦੇ ਵਾਸਤੇ ਇੱਦਾਂ ਬਾਅਦ ਵਿੱਚ ਪਛਤਾਵੇ ਦਾ ਕਾਰਨ ਬਣਦਾ ਹੈ ਕਿ ਮਨੁੱਖ ਬਾਅਦ ਵਿੱਚ ਪਛਤਾਉਂਦਾ ਵੀ ਜੋ ਕੁਝ ਮੈਂ ਕੀਤਾ ਹੈ ਇਹ ਆਦਤ ਦਾ ਮਾੜਾ ਹੋ ਗਿਆ, ਪਰ ਬਾਅਦ 'ਚ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਕ੍ਰੋਧ ਵਿੱਚ ਆਣ ਕੇ ਬੰਦਾ ਬਹੁਤ ਕੁਝ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਇਸ ਕਰਕੇ ਕਠੋਰਤਾ ਹੋਵੇ, ਮੋਹ ਹੋਵੇ, ਲਾਲਚ ਹੋਵੇ ਜਾਂ ਫਿਰ ਕ੍ਰੋਧ ਹੋਵੇ, ਇਹ ਸਾਰੀਆਂ ਅੱਗ ਦੀਆਂ ਨਦੀਆਂ ਨੇ। ਜਿਹੜਾ ਇਹਨਾਂ ਨਦੀਆਂ ਵਿੱਚ ਡਿੱਗ ਗਿਆ ਉਹ ਸੜ ਜਾਏਗਾ। ਮਹਾਰਾਜ ਕਦੇ ਬਚਾਅ ਵੀ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਹੋ ਸਕਦਾ ਹੈ। ਮਹਾਰਾਜ ਕਿਵੇਂ? ਪਾਤਸ਼ਾਹ ਕਹਿੰਦੇ ਉਹਦਾ ਵੀ ਇੱਕ ਤਰੀਕਾ ਹੈ। ਮਹਾਰਾਜ ਕਿਹੜਾ ਤਰੀਕਾ ਹੈ? ਗੁਰਦੇਵ ਕਹਿੰਦੇ ਪਵਹਿ ਦੱਜੈ ਨਾਨਕਾ ਤਰੀਏ ਕਰਮੀ ਲੱਗ। ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਏ ਤੂੰ ਤਰ ਜਾਏਗਾ, ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੂੰ ਬਚ ਜਾਏਗਾ। ਗੁਰੂ ਦੇ ਕੋਲ ਆਉਣ ਕਰਕੇ ਬੰਦਾ ਇਸ ਵਿਕਾਰਾਂ ਦੀ ਅੱਗ ਵਿੱਚੋਂ ਬਚ ਸਕਦਾ, ਨਹੀਂ ਤਾਂ ਨਹੀਂ ਬਚ ਸਕਦਾ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਕਿਵੇਂ ਬਚਿਆ ਜਾਏ? ਸਤਿਗੁਰੂ ਕਹਿੰਦੇ ਇੱਕੋ ਹੀ ਤਰੀਕਾ ਹੈ, ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤੇ ਜਿਹੜਾ ਹਿਰਨ ਹੈ ਨਾ ਉਹ ਦੌੜ ਕੇ ਜਾ ਕੇ ਪਾਣੀ 'ਚ ਵੜ ਜਾਂਦਾ। ਮਹਾਰਾਜ ਕਹਿੰਦੇ ਇਹ ਸੰਸਾਰ ਨੂੰ ਅੱਗ ਲੱਗੀ ਹੋਈ ਹੈ, ਤੂੰ ਦੌੜ ਕੇ ਆ, ਤੂੰ ਸਤਸੰਗਤ ਦੇ ਵਿੱਚ ਆਣ ਕੇ ਬੈਠ ਜਾ, ਇਸ ਵਿਕਾਰਾਂ ਦੀ ਅੱਗ ਤੋਂ ਤੂੰ ਬਚ ਜਾਏਗਾ। ਕੇਵਲ ਸੰਗਤ ਹੀ ਇੱਕ ਸਾਧਨ ਹੈ, ਕੇਵਲ ਨਾਮ ਹੀ ਇੱਕ ਸਾਧਨ ਹੈ, ਇਹ ਕੇਵਲ ਗੁਰੂ ਦੀ ਸ਼ਰਨ ਹੀ ਇੱਕ ਸਾਧਨ ਹੈ। ਜੇ ਤੂੰ ਗੁਰੂ ਦੀ ਸ਼ਰਨ 'ਚ ਆ ਜੇ ਬਚ ਜਾਏਗਾ, ਨਹੀਂ ਤਾਂ ਬੰਦੇ ਦਾ ਅੰਦਰ ਇੱਦਾਂ ਤਪਦਾ ਹੈ। ਮਹਾਰਾਜ ਨੇ ਪਾਵਨ ਗੁਰਬਾਣੀ 'ਚ ਕਿਹਾ, ਗੁਰਦੇਵ ਕਹਿੰਦੇ ਜੀੜਾ ਅਗਨ ਬਰਾਬਰ ਤਪੈ। ਜਿੱਦਾਂ ਅੱਗ ਜਿਹੜੀ ਹੈ ਨਾ ਲੱਟ ਲੱਟ ਕਰਕੇ ਮੱਚਦੀ ਹੈ, ਮਹਾਰਾਜ ਕਹਿੰਦੇ ਬਿਲਕੁਲ ਉਹਦੇ ਬਰਾਬਰ ਇਹ ਜੀਵ ਦਾ ਅੰਦਰ ਤਪ ਰਿਹਾ ਹੈ। ਜੀੜਾ ਅਗਨ ਬਰਾਬਰ ਤਪੈ, ਉਹਦੇ ਬਰਾਬਰ ਤਪਦਾ ਹੈ। ਪੀਤਰ ਵਗੈ ਕਾਤੀ, ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਇੱਦਾਂ ਚੱਲਦੀ ਹੈ ਜਿੱਦਾਂ ਕੈਂਚੀ ਚੱਲਦੀ ਹੈ। ਸਾਰਾ ਕੁਝ ਮੈਨੂੰ ਚਾਹੀਦਾ ਹੈ। ਇਹ ਮਨੁੱਖ ਜਿਹੜਾ ਇਸ ਅੱਗ ਦੇ ਵਿੱਚ ਸੜ ਰਿਹਾ ਹੈ, ਦਿਨ ਰਾਤ ਤਪਦਾ ਪਿਆ ਹੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰਲਾਏ। ਸੁਖਮਣੀ ਸਾਹਿਬ ਦੀ ਪਾਵਨ ਗੁਰਬਾਣੀ ਵਿੱਚ ਆਪਾਂ ਮਹਾਰਾਜ ਦਾ ਬਚਨ ਪੜ੍ਹਦੇ ਹਾਂ। ਗੁਰਦੇਵ ਕਹਿੰਦੇ ਕੱਲ ਤਾਤੀ ਠੰਡਾ ਹਰਨਾ, ਉਹ ਕਲਯੁੱਗ ਬਹੁਤ ਤਪਿਆ ਹੋਇਆ ਹੈ, ਨਾਮ ਹੀ ਕੇਵਲ ਸ਼ੀਤਲਤਾ ਦੇ ਸਕਦਾ ਹੈ। ਸਤਿਗੁਰੂ ਦਾ ਬਚਨ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਸੰਸਾਰ ਬਹੁਤ ਤਪਿਆ ਹੋਇਆ ਹੈ, ਜੇ ਇਹਦੇ ਵਿੱਚ ਕੁਝ ਠੰਡਾ ਹੈ ਤਾਂ ਕੇਵਲ ਪਰਮਾਤਮਾ ਦਾ ਨਾਮ। ਸਤਿਗੁਰੂ ਨੇ ਉਦਾਹਰਨ ਦੇ ਕੇ ਸਮਝਾਇਆ। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬੰਦੇ ਦੀ ਹਾਲਤ ਇੱਦਾਂ ਦੀ ਹੁੰਦੀ ਹੈ ਜੋ ਅੱਜ ਦੇ ਪਾਵਨ ਬਚਨ ਰਾਹੀਂ ਕਿਹਾ ਨਾ ਮਹਾਰਾਜ ਨੇ। ਸਤਿਗੁਰੂ ਕਹਿੰਦੇ ਹਾਲਤ ਇੱਦਾਂ ਦੀ ਹੁੰਦੀ ਹੈ ਜਿਵੇਂ ਇੱਕ ਇਸਤਰੀ ਜਿਹੜੀ ਹੈ ਨਾ ਉਹਦੇ ਕੋਲ ਸਾਰੀਆਂ ਹੀ ਚੀਜ਼ਾਂ ਬਿਰਾਜਮਾਨ ਨੇ, ਸਾਰਾ ਕੁਝ ਹੀ ਹੈਗਾ ਹੈ। ਮੌਸਮ ਇੱਦਾਂ ਦਾ ਹੈ ਕਿ ਆਕਾਸ਼ ਦੇ ਵਿੱਚੋਂ ਬੂੰਦਾਬਾਂਦੀ ਹੋ ਰਹੀ ਹੈ, ਮੀਂਹ ਪੈ ਰਿਹਾ ਹੈ, ਟੋਇਆਂ ਟਿੱਬਿਆਂ ਵਿੱਚ ਪਾਣੀ ਭਰ ਗਿਆ,
ਠੰਡੀਆਂ ਹਵਾਵਾਂ ਆ ਰਹੀਆਂ ਹੋਣ ਅਤੇ ਇਸਤਰੀ ਦੇ ਕੋਲ ਪਹਿਨਣ ਵਾਸਤੇ ਸੋਹਣੇ ਕੱਪੜੇ ਹੋਣ, ਉਹਦੇ ਕੋਲ ਜਿਹੜਾ ਪਲੰਘ ਹੈ ਉਹਦੇ ਉੱਪਰ ਹੀਰੇ ਜੜੇ ਹੋਣ, ਮਹਾਰਾਜ ਕਹਿੰਦੇ ਇੰਨਾ ਕੁਝ ਹੋਵੇ ਉਹਦੇ ਕੋਲ ਵੀ ਹਰ ਚੀਜ਼ ਹੋਵੇ ਉਹਦੇ ਕੋਲ, ਪਰ ਜੇ ਉਹਦੇ ਕੋਲ ਉਹਦਾ ਪਤੀ ਨਹੀਂ ਹੈਗਾ ਤਾਂ ਫਿਰ ਉਹ ਅੰਦਰੋਂ ਤਪ ਰਹੀ ਹੈ, ਫਿਰ ਉਹਨੂੰ ਧੀਰਜ ਨਹੀਂ ਹੈਗਾ। ਬਾਕੀ ਸਾਰਾ ਕੁਝ ਹੈਗਾ ਹੈ ਪਰ ਪਤੀ ਤੋਂ ਬਿਨਾਂ ਧੀਰਜ ਨਹੀਂ। ਇਸੇ ਤਰ੍ਹਾਂ ਬੰਦੇ ਕੋਲ ਸਾਰਾ ਕੁਝ ਹੈਗਾ ਹੈ ਪਰ ਨਾਮ ਤੋਂ ਬਿਨਾਂ ਧੀਰਜ ਨਹੀਂ। ਜਲ ਥਲ ਨੀਰ ਭਰੇ, ਸੀਤਲ ਪਵਨ ਝੁਲਾਰ ਦੇ, ਨੀਰ ਭਰਿਆ ਹੋਇਆ ਹੈ, ਠੰਡੀਆਂ ਹਵਾਵਾਂ ਆ ਰਹੀਆਂ ਹੈ। ਸੁਭਰ ਕੱਪੜ ਭੋਗ ਰਸ, ਨਾਨਕ ਪਿਰੀ ਬਹੁਣੀ ਤੱਤੀਆਂ। ਪਤੀ ਤੋਂ ਬਿਨਾਂ ਜਿਵੇਂ ਜੀਵ, ਜਿਵੇਂ ਇਸਤਰੀ ਤਪੀ ਹੈ ਨਾ, ਇੱਦਾਂ ਹੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਤਪਿਆ ਹੋਇਆ ਅੰਦਰੋਂ, ਇਹਨੂੰ ਚੈਨ ਨਹੀਂ ਆ ਸਕਦਾ। ਚੈਨ ਆਏਗਾ ਕੇਵਲ ਅਤੇ ਕੇਵਲ ਗੁਰੂ ਦੀ ਸੰਗਤ ਵਿੱਚ ਆਉਣ ਕਰਕੇ, ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ। ਆਪਾਂ ਦੇਖਦੇ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਦੇ ਉੱਪਰ ਬੈਠੇ ਵੀ ਸ਼ਾਂਤ ਚਿੱਤ ਬੈਠੇ ਹੋਏ ਹੈ। ਭਾਈ ਦਿਆਲਾ ਜੀ ਉਬਲਦੀ ਦੇਗ ਦੇ ਵਿੱਚ ਉਬਾਲੇ ਖਾਣ ਦੇ ਨਾਲ ਵੀ ਸ਼ਾਂਤ ਚਿੱਤ ਬੈਠੇ ਹੋਏ ਹੈ, ਹਕੂਮਤ ਫਿਰ ਵੀ ਤਪੀ ਹੋਈ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਵਾਸਤੇ ਗਏ ਨਾ, ਅਤੇ ਮਹਾਰਾਜ ਹਰਿਦੁਆਰ ਦੀ ਧਰਤੀ 'ਤੇ ਜਾਂਦੇ ਹੈ, ਜਿੱਥੇ ਜਾ ਕੇ ਸਤਿਗੁਰਾਂ ਨੇ ਪਾਣੀ ਜਿਹੜਾ ਹੈ ਉਹ ਲਹਿੰਦੇ ਪਾਸੇ ਨੂੰ ਸੁੱਟਣਾ ਸ਼ੁਰੂ ਕਰਤਾ। ਬਾਕੀ ਸਾਰੇ ਲੋਕ ਚੜ੍ਹਦੇ ਪਾਸੇ ਨੂੰ ਪਾਣੀ ਸੁੱਟ ਰਹੇ ਸੀ, ਉਹਨਾਂ ਆਣ ਕੇ ਪੁੱਛਿਆ ਬਾਬਾ ਕੀ ਕਰ ਰਹੇ ਹਾਂ? ਸਤਿਗੁਰੂ ਕਹਿੰਦੇ ਮੈਂ ਤਾਂ ਖੇਤਾਂ ਨੂੰ ਪਾਣੀ ਦਿੰਦਾ। ਉਹ ਕਹਿੰਦੇ ਇੰਨੀ ਦੂਰ ਪਹੁੰਚ ਜਾਏਗਾ? ਮਹਾਰਾਜ ਕਹਿੰਦੇ ਤੁਹਾਡਾ ਪਹੁੰਚ ਜਾਏਗਾ। ਉੱਥੇ ਇੱਕ ਘਟਨਾ ਵਾਪਰੀ, ਜਦੋਂ ਅਗਲੇ ਦਿਨ ਮਹਾਰਾਜ ਅੰਮ੍ਰਿਤ ਵੇਲੇ ਉੱਠਦੇ ਹੈ ਨਾ, ਕੀ ਵੇਖਦੇ ਹੈ? ਸਾਹਮਣੇ ਇੱਕ ਪੁਜਾਰੀ ਬੈਠਾ ਹੋਇਆ ਹੈ। ਉਸ ਪੁਜਾਰੀ ਨੇ ਕੀ ਕੀਤਾ? ਸਾਰਿਆਂ ਤੋਂ ਪਹਿਲਾਂ ਲੱਕੜਾਂ ਧੋਤੀਆਂ, ਫਿਰ ਉਹਨੇ ਆਪਣੇ ਚੌਂਕੇ ਨੂੰ ਪੋਚਾ ਮਾਰਿਆ, ਫਿਰ ਉਹਨੇ ਇਸ਼ਨਾਨ ਕੀਤਾ, ਉਹ ਲੱਕੜਾਂ ਨੂੰ ਸੁਕਾ ਕੇ ਉਹਨੇ ਅੱਗ ਬਾਲੀ ਅਤੇ ਆਲੇ ਦੁਆਲੇ ਇੱਕ ਲਕੀਰ ਵਾਲੀ। ਇਹਦਾ ਭਾਵ ਹੈ ਇਸ ਲਕੀਰ ਦੇ ਅੰਦਰ ਕੋਈ ਨਹੀਂ ਆ ਸਕਦਾ, ਇਹਦੇ ਅੰਦਰ ਕੇਵਲ ਮੈਂ ਆਪੇ ਹੀ ਭੋਜਨ ਤਿਆਰ ਕਰਾਂਗਾ, ਆਪੇ ਹੀ ਭੋਜਨ ਛਕਾਂਗਾ। ਸਿੱਖੀ ਦੇ ਅੰਦਰ ਵੀ ਕੁਝ ਐਸੇ ਹੀ ਆ ਗਏ, ਉਹ ਕਹਿੰਦੇ ਆਪੇ ਹੀ ਤਿਆਰ ਕਰਨਾ, ਆਪੇ ਖਾਣਾ, ਕਿਸੇ ਦਾ ਹੱਥ ਨਹੀਂ ਲੱਗਣਾ ਚਾਹੀਦਾ। ਜਿਹੜਾ ਬਾਬਾ ਲਾਲੋ ਦੇ ਘਰ ਜਾ ਕੇ ਰੁੱਖੀ ਮਿੱਸੀ ਖਾਂਦਾ ਤੇ ਉਹਦੇ ਸਿੱਖ ਕਹਿੰਦੇ ਹੱਥ ਕਿਸੇ ਦਾ ਨਹੀਂ ਲੱਗਣਾ ਚਾਹੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ ਇਸ ਸਾਧ ਨੇ, ਇਸ ਪੁਜਾਰੀ ਨੇ ਪਹਿਲਾਂ ਲੱਕੜਾਂ ਨੂੰ ਧੋਤਾ, ਫਿਰ ਚੁੱਲ੍ਹੇ ਨੂੰ ਜਿਹੜਾ ਸੀ ਉਹ ਪੋਚਾ ਲਾਇਆ, ਲਾਉਣ ਤੋਂ ਬਾਅਦ ਅੱਗ ਬਾਲੀ, ਹੁਣ ਇਹਦੇ ਆਲੇ ਦੁਆਲੇ ਲਕੀਰ ਵਾਲੀ, ਹੁਣ ਮੰਤਰ ਪੜ ਰਿਹਾ ਹੈ। ਜਦੋਂ ਅੱਗ ਬਲ ਗਈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਜਾਓ ਉਸ ਪੁਜਾਰੀ ਦੇ ਕੋਲੋਂ ਅੱਗ ਲੈ ਕੇ ਆਓ। ਮਰਦਾਨਾ ਜੀ ਗਏ, ਮਰਦਾਨੇ ਨੇ ਨਹੀਂ ਦੇਖਿਆ ਵੀ ਕੋਈ ਲੀਕ ਵਾਹੀ ਹੈ ਨਹੀਂ ਵਾਹੀ, ਲੀਕ ਦੇ ਅੰਦਰ ਜਾਣਾ ਹੈ ਨਹੀਂ ਜਾਣਾ। ਮਰਦਾਨਾ ਜੀ ਸਿੱਧਾ ਹੀ ਲੀਕਾਂ ਟੱਪ ਗਏ, ਜਾ ਕੇ ਕੋਲ ਕਹਿੰਦੇ ਪੁਜਾਰੀ ਜੀ ਅੱਗ ਚਾਹੀਦੀ ਹੈ। ਉਹਨੇ ਦੇਖਿਆ ਮੈਂ ਸਵੇਰ ਤੋਂ ਲੈ ਕੇ ਮਿਹਨਤ ਕੀਤੀ, ਇਸ ਮੇਰੇ ਚੌਂਕੇ 'ਤੇ ਕਿਸੇ ਦਾ ਪਰਛਾਵਾਂ ਵੀ ਨਹੀਂ ਸੀ ਪੈਣਾ ਚਾਹੀਦਾ। ਉਹ ਕਹਿੰਦਾ ਤੂੰ ਕੌਣ? ਕਹਿੰਦਾ ਜੀ ਮੈਂ ਮਰਦਾਨਾ। ਕਹਿੰਦਾ ਇਹ ਛੱਡ ਤੂੰ ਮਰਦਾਨਾ, ਤੂੰ ਦੱਸ ਵੀ ਤੇਰੀ ਜਾਤ ਕਿਹੜੀ ਹੈ? ਭਾਈ ਮਰਦਾਨਾ ਜੀ ਕਹਿੰਦੇ ਮੈਂ ਡੂਮ ਹਾਂ, ਡੂਮ ਦਾ ਅਰਥ ਹੁੰਦਾ ਨੀਵੀਂ ਜਾਤ ਦਾ।
ਉਹਨੇ ਅੱਗ ਤਾਂ ਕੀ ਦੇਣੀ ਸੀ, ਉਹਨੇ ਚੋ ਕੱਢਿਆ ਮਰਦਾਨੇ ਦੇ ਮਾਰਨ ਲੱਗਾ, ਤੂੰ ਮੇਰੀ ਸਵੇਰ ਦੀ ਕੀਤੀ ਮਿਹਨਤ ਦੇ ਉੱਪਰ ਪਾਣੀ ਫੇਰ ਤਾਂ ਬੇਕਾਰ ਕਰਤੀ। ਮਰਦਾਨੇ ਦੇ ਚੋ ਮਾਰਨ ਲੱਗਾ ਮਰਦਾਨਾ ਅੱਗੇ ਅੱਗੇ, ਉਹ ਪੁਜਾਰੀ ਪਿੱਛੇ ਪਿੱਛੇ। ਮਰਦਾਨਾ ਦੂਰੋਂ ਹੀ ਆਵਾਜ਼ਾਂ ਦਿੰਦਾ ਹੁੰਦਾ, ਬਾਬਾ ਬਚਾ, ਬਾਬਾ ਬਚਾ। ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਆਣ ਕੇ ਖਲੋ ਗਏ, ਭਾਈ ਮਰਦਾਨਾ ਪਿੱਛੇ ਖੜਾ ਹੈ, ਪੁਜਾਰੀ ਸਾਹਮਣੇ ਖੜਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪੁਜਾਰੀ ਜੀ ਕੀ ਗੱਲ ਹੈ, ਮੈਂ ਤਾਂ ਆਪਣੇ ਮਰਦਾਨੇ ਨੂੰ ਅੱਗ ਲੈਣ ਵਾਸਤੇ ਭੇਜਿਆ ਸੀ, ਤੁਸੀਂ ਅੱਗ ਮਰਦਾਨੇ ਨੂੰ ਦੇ ਦੇਣੀ ਸੀ, ਤੁਸੀਂ ਖੁਦ ਕਿਉਂ ਆਏ ਦੇਣ ਵਾਸਤੇ? ਉਹ ਪੁਜਾਰੀ ਕਹਿਣ ਲੱਗਿਆ, ਮੈਂ ਅੱਗ ਦੇਣ ਵਾਸਤੇ ਨਹੀਂ ਆਇਆ, ਮੈਂ ਤਾਂ ਅੱਗ ਲਾਉਣ ਵਾਸਤੇ ਆਇਆ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮੇਰੇ ਮਰਦਾਨੇ ਦਾ ਕੀ ਦੋਸ਼ ਹੈ, ਕਿਉਂ ਅੱਗ ਲਾਉਣਾ ਹੈ? ਕਹਿੰਦਾ, ਮੈਂ ਸਵੇਰ ਤੋਂ ਲੈ ਕੇ ਇੰਨੀ ਮਿਹਨਤ ਕੀਤੀ, ਲੱਕੜਾਂ ਧੋਤੀਆਂ, ਪੋਚਾ ਲਾਇਆ, ਲੀਹ ਕਵਾਈ, ਅੱਗ ਬਾਲੀ, ਭੋਜਨ ਤਿਆਰ ਕਰਨ ਲੱਗਾ ਹਾਂ, ਇਹਨੇ ਪਰਛਾਵਾਂ ਪਾ ਕੇ ਮੇਰਾ ਚੌਂਕਾ ਭਿੱਟ ਦਿੱਤਾ ਹੈ। ਮਹਾਰਾਜ ਕਹਿੰਦੇ, 2 ਮਿੰਟ ਬੈਠ ਕੇ ਮੇਰੀ ਗੱਲ ਸੁਣੇਗਾ? ਕਹਿੰਦਾ, ਜੀ ਸੁਣਾਓ। ਮਹਾਰਾਜ ਕਹਿਣ ਲੱਗੇ, ਬਾਹਰ ਤੇ ਲੀਕ ਵਾਲੀ ਜਿੱਥੇ ਤੂੰ ਭੋਜਨ ਤਿਆਰ ਕਰਨਾ ਹੈ, ਲੇਕਿਨ ਜਿੱਥੇ ਰੱਬ ਨੇ ਆਣ ਕੇ ਭੋਜਨ ਛਕਣਾ, ਕਦੇ ਉਸ ਚੌਂਕੇ ਦਾ ਹਾਲ ਵੇਖਿਆ? ਕਹਿੰਦਾ, ਜੀ ਉਹ ਕਿਹੜਾ ਚੌਂਕਾ ਹੈ? ਮਹਾਰਾਜ ਕਹਿੰਦੇ, ਬੈਠ, ਤੈਨੂੰ ਮੈਂ ਦੱਸਾਂ ਉਹ ਕਿਹੜਾ ਚੌਂਕਾ ਹੈ। ਉਹ ਤੇਰਾ ਅੰਦਰ ਹੈ, ਉਹ ਤੇਰਾ ਹਿਰਦਾ ਹੈ। ਦੇਖ, ਤੇਰਾ ਹਿਰਦਾ ਇਸ ਨਿਰਦਈ ਪੁਣੇ ਨਾਲ ਭਰਿਆ ਹੋਇਆ, ਅੰਦਰ ਤੇਰੇ ਅੱਗ ਮੱਚ ਰਹੀ ਹੈ ਕ੍ਰੋਧ ਦੀ, ਅੰਦਰ ਤੇਰੇ ਅੱਗ ਮੱਚ ਰਹੀ ਹੈ ਨਫ਼ਰਤ ਦੀ। ਮਹਾਰਾਜ ਕਹਿੰਦੇ, ਤੇਰੇ ਅੰਦਰ ਨੀਚਤਾ ਬੈਠੀ ਹੋਈ ਹੈ, ਅਤੇ ਤੂੰ ਮਰਦਾਨੇ ਨੂੰ ਅੱਗ ਲਾਉਣ ਦੀਆਂ ਗੱਲਾਂ ਕਰਨ ਵਾਲੇ ਆ, ਪਹਿਲਾਂ ਆਪਣੇ ਅੰਦਰ 'ਤੇ ਝਾਤੀ ਮਾਰ। ਮਹਾਰਾਜ ਨੇ ਪਾਵਨ ਬਚਨ ਕਹੇ, ਕਬੁੱਧ ਡੂਬਣੀ ਕੁਦਇਆ ਕਸੈਣ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕ੍ਰੋਧ 'ਤੇ ਤੇਰੇ ਅੰਦਰ ਭਰਿਆ ਪਿਆ ਹੈ, ਤੂੰ ਬਾਹਰ ਦੀਆਂ ਗੱਲਾਂ ਕਰਦਾ ਹੈ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਬਾਹਰ ਦੀ ਲੀਕ ਵਾਉਣ ਦਾ ਕੀ ਫਾਇਦਾ, ਇਹ ਸਾਰਾ ਕੁਝ ਤਾਂ ਤੇਰੇ ਅੰਦਰ ਬੈਠਾ ਹੋਇਆ ਹੈ। ਸਤਿਗੁਰੂ ਅੱਜ ਦੇ ਪਾਵਨ ਬਚਨ ਰਾਹੀਂ ਸਮਝਾ ਰਹੇ ਨੇ। ਗੁਰਦੇਵ ਕਹਿੰਦੇ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਹਾ ਨਾ ਜਿੰਨਾ ਪਾਸ। ਇਹ ਆਸਾੜ ਦਾ ਮਹੀਨਾ ਉਹਨਾਂ ਵਾਸਤੇ ਤਪਦਾ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈਗਾ। ਜਿਨ੍ਹਾਂ ਕੋਲ ਨਾਮ ਹੈ ਉਹ ਸ਼ਾਂਤ ਬੈਠੇ ਹੋਏ, ਉਬਲਦੀ ਦੇਗ ਵਿੱਚ ਵੀ ਸ਼ਾਂਤ ਬੈਠੇ, ਤੱਤੀ ਤਵੀ 'ਤੇ ਵੀ ਸ਼ਾਂਤ ਬੈਠੇ, ਪੁੱਤਰ ਦਾ ਕਾਲਜਾ ਮੂੰਹ ਵਿੱਚ ਪਵਾਉਣ ਤੋਂ ਬਾਅਦ ਵੀ ਸ਼ਾਂਤ ਬੈਠੇ, ਬੱਚਿਆਂ ਦੇ ਟੋਟੇ ਕਰਾਉਣ ਤੋਂ ਬਾਅਦ ਮਤਾਵਾਂ ਗਲ 'ਚ ਹਾਰ ਪਵਾ ਕੇ ਵੀ ਸ਼ਾਂਤ ਬੈਠੀਆਂ, ਉਹ ਕਦੇ ਨਹੀਂ ਕਲਪਦੇ, ਉਹ ਫਿਰ ਵੀ ਸ਼ਾਂਤ ਨੇ। ਮਹਾਰਾਜ ਕਹਿੰਦੇ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ, ਜਿਹੜਾ ਬੰਦਾ ਪਰਮਾਤਮਾ ਨਾਲੋਂ ਟੁੱਟ ਗਿਆ, ਉਹਨੇ ਪਰਮਾਤਮਾ ਦੇ ਨਾਮ ਨੂੰ ਤਿਆਗ ਕੇ, ਵਿਸਾਰ ਕੇ, ਮਾਨਸ ਸੰਧੀ ਆਸ, ਉਹਨੇ ਬੰਦੇ ਦੀ ਆਸ ਲਾ ਲਈ। ਅਤੇ ਸਤਿਗੁਰੂ ਕਹਿੰਦੇ, ਬੰਦੇ ਦੀ ਆਸ ਤਾਂ ਵਿਅਰਥ ਹੈ, ਉਹ ਤਾਂ ਕਿਸੇ ਕੰਮ ਵੀ ਨਹੀਂ ਆਉਣ ਵਾਲੀ। ਮਾਨੁੱਖੀ ਟੇਕ ਬਿਰਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ। ਬੰਦੇ ਦੀ ਆਸ ਹੀ ਵਿਅਰਥ ਹੈ, ਸਰੀਰ ਅੱਜ ਹੈ, ਸਰੀਰ ਕੱਲ੍ਹ ਨਹੀਂ ਹੋਏਗਾ।
ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨੇ ਸਾਨੂੰ ਸ਼ਬਦ ਨਾਲ ਜੋੜਿਆ, ਕਿਉਂਕਿ ਸ਼ਬਦ ਸਦੀਵੀ ਰਹਿਣ ਵਾਲਾ ਹੈ, ਸਰੀਰ ਸਦੀਵੀ ਰਹਿਣ ਵਾਲਾ ਨਹੀਂ ਹੈ, ਸਰੀਰ ਨਾਸ਼ਵੰਤ ਹੈ, ਸੰਸਾਰ ਦੀ ਹਰ ਚੀਜ਼ ਨਾਸ਼ ਹੋ ਜਾਏਗੀ, ਨਾਮ ਸਦੀਵੀ ਰਹੇਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬੰਦੇ ਦੀ ਆਸ ਛੱਡ, ਆਸ ਰੱਖਣੀ ਹੈ ਅਤੇ ਪਰਮਾਤਮਾ ਦੀ ਰੱਖ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਪਰ ਬੰਦਾ ਬੰਦੇ ਦੀ ਆਸ ਲਾਈ ਬੈਠਾ ਹੈ, ਬੰਦਾ ਮਨੁੱਖ ਦੀ ਆਸ ਲਾਈ ਬੈਠਾ ਹੈ, ਇਹ ਬੰਦਾ ਕਿਸੇ ਆਮ ਸੰਸਾਰੀ ਜੀਵ ਦੀ ਆਸ ਲਾਈ ਬੈਠਾ ਹੈ। ਬੰਦਿਆਂ ਦੇ ਜਾ ਕੇ ਪੈਰਾਂ ਦੇ ਉੱਪਰ ਮੱਥੇ ਟੇਕਦਾ ਹੈ, ਬੰਦਿਆਂ ਦੇ ਪੈਰਾਂ ਦੇ ਉੱਪਰ ਜਾ ਕੇ ਨੱਕ ਰਗੜਦਾ ਹੈ, ਬੰਦਿਆਂ ਦੇ ਅੱਗੇ ਜਾ ਕੇ ਗਿੜਗਾਉਂਦਾ ਹੈ, ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਮਿਲ ਜਾਏ, ਮੇਰੀ ਇੱਧਰੋਂ ਰੱਖਿਆ ਹੋ ਜੇ। ਸਤਿਗੁਰੂ ਕਹਿੰਦੇ ਭੋਲਿਆ, ਜਿਸ ਦਿਨ ਤੂੰ ਮਾਤਾ ਦੇ ਉਧਰ ਵਿੱਚ ਸੀ ਉਸ ਦਿਨ ਤੇਰੀ ਰੱਖਿਆ ਕਿਹਨੇ ਕੀਤੀ ਸੀ, ਉਦੋਂ ਤੈਨੂੰ ਕੌਣ ਬਚਾਉਣ ਵਾਲਾ ਸੀ। ਮਹਾਰਾਜ ਕਹਿੰਦੇ ਇਸ ਕਰਕੇ ਬੰਦੇ ਦੀ ਆਸ ਨਾ ਲਾ, ਪਰਮਾਤਮਾ ਦੀ ਆਸ ਰੱਖ। ਦੋਏ ਭਾਏ ਵਗੁੱਜੀਐ ਗੱਲ ਪਈ ਸੁਜਮ ਕੀ ਫਾਸ, ਦੋਏ ਦਾ ਅਰਥ ਹੁੰਦਾ ਦੂਜਾ, ਦੁਵੈਸ਼ ਭਾਵੜਾ। ਇੱਕ ਪਰਮਾਤਮਾ ਹੈ, ਦੂਸਰਾ ਸਾਰਾ ਸੰਸਾਰ, ਬਾਕੀ ਸਾਰਾ ਕੁਝ ਦੂਜਾ ਹੈ। ਇੱਕ ਪਰਮਾਤਮਾ ਤੋਂ ਬਿਨਾਂ ਬਾਕੀ ਜੋ ਕੁਝ ਦਿਖਾਈ ਦੇ ਰਿਹਾ ਦੂਜਾ ਹੈ। ਉਹ ਬੰਦੇ ਦਾ ਸਰੀਰ ਕਰਕੇ ਹੋਵੇ, ਉਹ ਚਾਰ ਇੱਟਾਂ ਹਰੀਆਂ ਰੱਖ ਲਈਆਂ ਹੋਣ, ਉਹ ਲਾਲ ਰੰਗ ਹੋਵੇ, ਉਹ ਕੋਈ ਦਰਖਤ ਹੋਵੇ, ਉਹ ਕੋਈ ਪਾਣੀ ਦੀ ਪੂਜਾ ਕਰੇ, ਕੋਈ ਅੱਗ ਦੀ ਪੂਜਾ ਕਰੇ, ਕੋਈ ਦੇਵਤੇ ਦੀ ਪੂਜਾ ਕਰੇ, ਜੋ ਕੁਝ ਵੀ ਹੈ ਉਹ ਦੂਜਾ ਹੀ ਹੈ, ਇੱਕ ਕੇਵਲ ਪਰਮਾਤਮਾ ਹੈ। ਮਹਾਰਾਜ ਕਹਿੰਦੇ ਜਿਹੜਾ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਦੇ ਨਾਲ ਜੁੜਦਾ ਹੈ ਉਹ ਖੁਆਰ ਹੁੰਦਾ ਹੈ, ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਫਿਰ ਉਹਦੇ, ਗਲ ਪਈ ਸੋ ਜਮ ਕੀ ਫਾਸ, ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਆਪਾਂ ਆਸਾ ਜੀ ਕੀ ਵਾਰ ਦਾ ਮੁਬਾਰਕ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਜਿਹੜੇ ਮਾਲਕ ਨੂੰ ਛੱਡ ਕੇ ਦੂਜੇ ਨਾਲ ਜੁੜ ਜਾਂਦੇ ਹੈ ਉਹ ਡੁੱਬ ਜਾਂਦੇ ਹੈ, ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ। ਗੁਰਦੇਵ ਕਹਿੰਦੇ ਇਸ ਕਰਕੇ ਇੱਕ ਦੇ ਨਾਲ ਜੁੜਨ ਦਾ ਯਤਨ ਕਰ, ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਜਿਹਾ ਬੀਜੈ, ਜਿਵੇਂ ਆਪਾਂ ਬਾਹਰੀ ਤੌਰ ਦੇ ਉੱਪਰ ਜ਼ਮੀਨ ਦੇ ਵਿੱਚ ਜਿਹੜਾ ਬੀਜ ਬੀਜਦੇ ਹਾਂ ਉਹੀ ਸਾਨੂੰ ਫਲ ਪ੍ਰਾਪਤ ਹੁੰਦਾ ਹੈ, ਇਸੇ ਤਰ੍ਹਾਂ ਦੇ ਨਾਲ ਸਰੀਰ ਵੀ ਇੱਕ ਖੇਤ ਹੈ, ਇਹ ਸਰੀਰ ਰੂਪੀ ਖੇਤ ਵਿੱਚ ਜੋ ਕੁਝ ਆਪਾਂ ਬੀਜਦੇ ਹਾਂ ਉਹੀ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ। ਜਿਹਦੇ ਵਿੱਚ ਚੰਗੇ ਕਰਮ ਬੀਜਾਂਗੇ ਚੰਗਾ ਫਲ ਪ੍ਰਾਪਤ ਹੋਏਗਾ, ਬੁਰੇ ਕਰਮ ਬੀਜਾਂਗੇ ਬੁਰਾ ਫਲ ਪ੍ਰਾਪਤ ਹੋਏਗਾ। ਮਹਾਰਾਜ ਕਹਿੰਦੇ ਜਿਵੇਂ ਦਾ ਬੀਜ ਬੀਜੇਗਾ ਤੈਨੂੰ ਉਦਾਂ ਦਾ ਫਲ ਪ੍ਰਾਪਤ ਹੋਏਗਾ। ਇਹ ਤਾਂ ਕਦੇ ਨਹੀਂ ਹੋ ਸਕਦਾ ਵੀ ਬੰਦਾ ਬੀਜ ਜਿਹੜਾ ਉਹ ਕਿੱਕਰ ਦਾ ਬੀਜੇ ਅਤੇ ਬਾਅਦ ਵਿੱਚ ਲੱਭੇ ਵੀ ਹੁਣ ਮੈਨੂੰ ਕੋਈ ਚੰਗਾ ਫਲ ਪ੍ਰਾਪਤ ਹੋ ਜਾਏਗਾ। ਕਿੱਕਰ ਦਾ ਬੀਜ ਬੀਜ ਕੇ ਕੰਡੇ ਮਿਲਣੇ, ਇਸ ਤੋਂ ਵੱਧ ਹੋਰ ਕੁਝ ਨਹੀਂ ਮਿਲ ਸਕਦਾ। ਗੁਰਦੇਵ ਕਹਿੰਦੇ ਇਸ ਕਰਕੇ ਬਾਅਦ ਵਿੱਚ ਤੂੰ ਕਿਸੇ ਨੂੰ ਦੋਸ਼ ਦੇ ਉਹ ਦੋਸ਼ ਵਿਅਰਥ ਹੈ, ਇਸ ਕਰਕੇ ਆਪਣੇ ਕਰਮਾਂ ਨੂੰ ਠੀਕ ਕਰ, ਚੰਗੇ ਕਰਮ ਕਰ। ਜਿਹਾ ਬੀਜਿਆ ਸੋ ਲੁਣੈ, ਜੋ ਬੀਜਿਆ ਹੈ ਤੈਨੂੰ ਉਹੀ ਪ੍ਰਾਪਤ ਹੋਏਗਾ। ਮੱਥੇ ਜੋ ਲਿਖਿਆਸ, ਤੇਰੇ ਕਰਮਾਂ ਦੇ ਕਰਕੇ ਤੇਰੇ ਮੱਥੇ ਦੇ ਲੇਖ ਬਣਦੇ ਹੈ, ਉਹ ਜੋ ਤੇਰੇ ਮੱਥੇ 'ਤੇ ਲਿਖਿਆ ਗਿਆ ਤੈਨੂੰ ਉਹੀ ਮਿਲਣਾ ਹੈ। ਰਹਿਣ ਵਿਹਾਣੀ ਪੁਸ਼ਤਾਣੀ ਉੱਠ ਚੱਲੀ ਗਈ ਨਿਰਾਸ਼। ਰਹਿਣ ਦਾ ਅਰਥ ਹੁੰਦਾ ਰਾਤ, ਅਤੇ ਰਾਤ ਦਾ ਭਾਵ ਹੈ ਸਤਿਗੁਰੂ ਨੇ ਇੱਥੇ ਕਿਹਾ ਇਹ ਜ਼ਿੰਦਗੀ ਰੂਪੀ ਰਾਤ,
ਜਿਵੇਂ ਬੰਦਾ ਰਾਤ ਨੂੰ ਸੌਂਦਾ ਏ, ਦਿਨ ਵੇਲੇ ਉੱਠ ਪੈਂਦਾ ਏ, ਰਾਤ ਨੂੰ ਸੁੱਤੇ ਪਿਆਂ ਨੂੰ ਸੁਪਨਾ ਵੀ ਆਉਂਦਾ ਏ, ਕਦੇ ਸੁਪਨੇ ਦੇ ਵਿੱਚ ਭਿਖਾਰੀ ਬਣ ਜਾਂਦਾ ਏ, ਕਦੇ ਸੁਪਨੇ ਦੇ ਵਿੱਚ ਰਾਜਾ ਬਣ ਜਾਂਦਾ ਏ। ਇਸੇ ਤਰ੍ਹਾਂ ਦੇ ਨਾਲ ਇਹ ਸੰਸਾਰ 'ਤੇ ਆਇਆ, ਇਹਦੀ ਇਹ ਰਾਤ ਸ਼ੁਰੂ ਹੋ ਗਈ, ਜ਼ਿੰਦਗੀ ਦੀ ਰਾਤ, ਪਰ ਦੁਖਾਂ ਤੋਂ ਸਾਰੀ ਰਾਤ ਸੁੱਤਿਆਂ ਲੰਘ ਗਈ। ਬੰਦਾ ਮਾਇਆ ਦੇ ਮੋਹ ਵਿੱਚ ਸੁੱਤਾ ਰਹਿੰਦਾ ਏ, ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਏ। ਬਸ ਇਹ ਜਿਵੇਂ ਇੱਕ ਰਾਤ ਦਾ ਸੁਪਨਾ ਲੰਘ ਜਾਂਦਾ ਏ, ਪਤਾ ਹੀ ਨਹੀਂ ਲੱਗਦਾ, ਇੱਦਾਂ ਹੀ ਇਹ ਰਾਤ ਵੀ, ਜ਼ਿੰਦਗੀ ਵੀ ਇੱਕ ਸੁਪਨੇ ਦੀ ਤਰ੍ਹਾਂ ਲੰਘ ਜਾਂਦੀ, ਇਹਨੂੰ ਪਤਾ ਹੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਨੇ ਰਹਿਣ ਵਿਹਾਣੀ ਪੁਛਤਾਣੀ। ਪਾਵਨ ਗੁਰਬਾਣੀ ਵਿੱਚ ਸਤਿਗੁਰੂ ਨੇ ਕਿਹਾ ਇੱਕ ਰਹਿਣ ਕੇ ਪਾਹਨ ਤੁਮੇ ਆਏ। ਬੰਦਿਆ, ਇੱਕ ਰਾਤ ਦਾ ਪ੍ਰਾਹੁਣਾ ਆਇਆ ਤੂੰ ਸੰਸਾਰ 'ਤੇ, ਅਤੇ ਰਾਤ ਕੱਟ ਕੇ ਚਲੇ ਜਾਣਾ ਹੈ। ਅਤੇ ਸਤਿਗੁਰੂ ਕਹਿੰਦੇ ਜ਼ਿੰਦਗੀ ਕੱਟ ਕੇ ਤੂੰ ਚਲੇ ਜਾਣਾ ਹੈ। ਜੇ ਧਰਮ ਨਹੀਂ ਕਮਾਇਆ ਜੀਵਨ ਦੇ ਵਿੱਚ, ਜੇ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਜੀਵਨ ਦੇ ਵਿੱਚ, ਉੱਠ ਚੱਲੀ ਗਈ ਨਿਰਾਸ਼, ਫਿਰ ਇਹ ਜੀਵਾਤਮਾ ਨਿਰਾਸ਼ ਹੋ ਕੇ ਚਲੀ ਜਾਂਦੀ ਹੈ, ਫਿਰ ਇਹਨੂੰ ਕੁਝ ਨਹੀਂ ਮਿਲਿਆ, ਫਿਰ ਇਹ ਔਗਣ ਲੈ ਕੇ ਜਾਂਦਾ ਬੰਦਾ, ਅਤੇ ਜਦੋਂ ਔਗਣ ਲੈ ਕੇ ਜਾਂਦਾ ਫਿਰ ਨਿਰਾਸ਼ ਹੁੰਦਾ, ਗੁਣਾ ਗਵਾਈ ਗੰਠੜੀ ਔਗਣ ਚੱਲੀ ਬੰਨ। ਅਤੇ ਜੇ ਮਨੁੱਖ ਧਰਮ ਕਮਾ ਕੇ ਜਾਂਦਾ ਹੈ, ਗੁਣ ਇਕੱਤਰ ਕਰਕੇ ਜਾਂਦਾ ਹੈ, ਫਿਰ ਉਹ ਪ੍ਰਸੰਨਤਾ ਦੇ ਨਾਲ ਜਾਂਦਾ ਹੈ। ਜੇ ਔਗਣ ਇਕੱਠੇ ਕਰਕੇ ਜਾਂਦਾ ਹੈ ਫਿਰ ਰੋਂਦਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਤੇਰੀ ਰਾਤ ਪਛਤਾਵੇ ਦੇ ਵਿੱਚ ਲੰਘ ਗਈ, ਤੂੰ ਨਿਰਾਸ਼ ਹੋ ਕੇ ਚਲਿਆ ਗਿਆ ਸੰਸਾਰ ਦੇ ਵਿੱਚੋਂ। ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਗੁਰੂ ਮਿਲ ਪਵੇ, ਸਾਧੂ ਦਾ ਅਰਥ ਹੈ ਗੁਰੂ, ਜਿਨ੍ਹਾਂ ਨੂੰ ਗੁਰੂ ਮਿਲ ਪਵੇ ਸੋ ਦਰਗਾਹ ਹੋਏ ਖਲਾਸ, ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ, ਉਹ ਸੁਰਖਰੂ ਹੋ ਜਾਂਦੇ ਹੈ, ਦਰਗਾਹ ਦੇ ਵਿੱਚ ਜਾ ਕੇ ਪ੍ਰਵਾਨ ਚੜ੍ਹ ਜਾਂਦੇ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਸਤਿਗੁਰੂ ਕਹਿੰਦੇ ਰੱਬ ਜੀ ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਜਿੰਨਾ ਚਿਰ ਬੰਦੇ ਦੇ ਅੰਦਰ ਪਿਆਸ ਨਹੀਂ ਲੱਗਦੀ, ਉਹ ਕਦੇ ਪਾਣੀ ਨਹੀਂ ਪੀਂਦਾ, ਭੁੱਖ ਨਹੀਂ ਲੱਗਦੀ, ਉਹ ਕਹਿੰਦਾ ਮੈਂ ਪ੍ਰਸ਼ਾਦਾ ਸ਼ਕਨ ਨੂੰ ਚਿੱਤ ਨਹੀਂ ਕਰਦਾ, ਕਿਉਂ? ਕਿਉਂਕਿ ਭੁੱਖ ਨਹੀਂ ਹੈ। ਗੁਰਦੇਵ ਕਹਿੰਦੇ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਅਤੇ ਗੁਰਦੇਵ ਕਹਿੰਦੇ ਫਿਰ ਪ੍ਰਭ ਤੁਧ ਬਿਨ ਦੂਜਾ ਉਹ ਨਹੀਂ, ਨਾਨਕ ਕੀ ਅਰਦਾਸ। ਤੇਰੇ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ, ਇਹ ਮੇਰੀ ਅਰਦਾਸ ਹੈ। ਮੈਂ ਤੇਰੇ ਤੋਂ ਬਿਨਾਂ ਕਿਸੇ ਦੂਸਰੇ ਦੇ ਅੱਗੇ ਅਰਦਾਸ ਕਰਦਾ ਵੀ ਨਹੀਂ, ਮੇਰੇ ਕੋਲ ਹੋਰ ਕੋਈ ਥਾਂ ਹੀ ਨਹੀਂ ਹੈਗਾ ਜਿਹਦੇ ਅੱਗੇ ਬੇਨਤੀ ਕਰ ਸਕਾਂ। ਮੈਂ ਹੋਰ ਥਾਂ ਨਾ ਹੀ ਜਿਸ ਪੇ ਕਰੋਂ ਬੇਨਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਮੇਰਾ ਸੁੱਖ ਆ ਉਹ ਵੀ ਤੇਰੇ ਕੋਲ ਅਰਦਾਸ ਹੈ, ਦੁੱਖ ਆ ਜਾਵੇ ਤਾਂ ਵੀ ਤੇਰੇ ਕੋਲ ਅਰਦਾਸ ਹੈ। ਮਾਲਕ ਜੀ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਹੈਗਾ। ਇਸ ਕਰਕੇ ਸਤਿਗੁਰੂ ਕਹਿੰਦੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅੱਗੇ ਮਗਰ ਸਿੱਖ ਸੰਗਤਾਂ, ਬਾਬੇ ਨੇ ਪੈਸੇ ਸੁੱਟ ਕੇ ਕਿਹਾ ਸਾਰੇ ਚਲੇ ਜਾਓ। ਜਦੋਂ ਮਹਾਰਾਜ ਦਾ ਗੁੱਸੇ ਵਾਲਾ ਚਿਹਰਾ ਵੇਖਿਆ ਨਾ, ਕਈ ਸਿੱਖ ਛੱਡ ਕੇ ਚਲੇ ਗਏ। ਜਦੋਂ ਮਹਾਰਾਜ ਨੇ ਕਿਸੇ ਨੂੰ ਪੈਸੇ ਸੁੱਟੇ, ਕਈ ਪੈਸੇ ਚੁੱਕ ਕੇ ਚਲੇ ਗਏ। ਵੇਖਿਆ ਅਜੇ ਵੀ ਮਗਰ ਸਿੱਖ ਆ ਰਹੇ, ਮਹਾਰਾਜ ਨੇ ਡਾਂਗ ਫੜ ਲਈ, ਦੋ ਦੋ ਮਾਰੀਆਂ, ਸਾਰੇ ਦੌੜ ਗਏ। ਹੁਣ ਵੀ ਕੋਈ ਮਗਰ ਆ ਰਿਹਾ, ਕੇਵਲ ਇੱਕੋ ਆ ਰਿਹਾ, ਉਹ ਭਾਈ ਲੈਣਾ ਹੈ, ਲੈਣਿਆ ਤੂੰ ਜਾਂਦਾ ਨਹੀਂ। ਮਹਾਰਾਜ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ ਹੈਗਾ, ਤੈਨੂੰ ਛੱਡ ਕੇ ਕਿੱਥੇ ਜਾਵਾਂ।
ਤੇਰੇ ਤੋਂ ਬਿਨਾਂ ਮੇਰਾ ਕੋਈ ਘਰ ਹੀ ਨਹੀਂ ਹੈਗਾ, ਇਸ ਕਰਕੇ ਮਾਰਨਾ ਹੈ ਮਾਰੋ, ਮਹਾਰਾਜ ਰੱਖਣਾ ਰੱਖ ਲਓ, ਪਰ ਟਿਕਾਣਾ ਤੁਹਾਡੇ ਚਰਨਾਂ ਵਿੱਚ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ। ਸਤਿਗੁਰੂ ਨੇ ਅੰਗ ਨਾਲ ਲਾ ਕੇ ਅੰਗਤ ਬਣਾ ਦਿੱਤਾ। ਇਸੇ ਤਰ੍ਹਾਂ ਨਾਲ ਸਤਿਗੁਰੂ ਕਹਿੰਦੇ ਅਰਦਾਸ ਕਰ ਮਾਲਕ ਜੀ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ। ਨਾਨਕ ਕੀ ਅਰਦਾਸ, ਇਹ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਜੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਵਸ ਜਾਣ, ਚਰਨ ਦਾ ਅਰਥ ਹੈ ਪਰਮਾਤਮਾ ਦਾ ਸ਼ਬਦ ਵਸ ਜਾਏ, ਬਾਣੀ ਵਸ ਜਾਏ, ਨਾਮ ਵਸ ਜਾਏ, ਇਹ ਮਹੀਨਾ ਤੇਰੇ ਵਾਸਤੇ ਸੁਹੰਦਾ ਹੋ ਸਕਦਾ ਹੈ। ਅੱਤ ਦੀ ਤਪਸ਼ ਪੈਣ ਕਰਕੇ, ਗਰਮੀ ਪੈਣ ਕਰਕੇ ਲੋਕ ਕਹਿਣਗੇ ਇਹ ਬੜਾ ਮਾੜਾ ਹੈ ਮਹੀਨਾ, ਫਿੱਕਾ ਹੈ ਮਹੀਨਾ, ਬਹੁਤ ਤਪਸ਼ ਹੈ। ਮਹਾਰਾਜ ਕਹਿੰਦੇ ਤੇਰੇ ਵਾਸਤੇ ਸੁਹਾਵਣਾ ਹੋ ਸਕਦਾ ਹੈ। ਕਿਉਂ? ਜੇ ਤੇਰੇ ਅੰਦਰ ਪਰਮਾਤਮਾ ਦੇ ਚਰਨ ਵਸ ਜਾਣ, ਭਾਵ ਨਾਮ ਵਸ ਜਾਏ। ਇਹ ਸਤਿਗੁਰੂ ਨੇ ਅੱਜ ਤਪੰਦੇ ਤੋਂ ਲੈ ਕੇ ਸੁਹੰਦੇ ਤੱਕ ਦਾ ਸਫ਼ਰ ਬੰਦੇ ਨੂੰ ਦੱਸਿਆ ਹੈ। ਗੁਰੂ ਕੋਲ ਆ ਜਾਵੇਂ ਤਾਂ ਸੁਹੰਦਾ ਏ, ਜੇ ਗੁਰੂ ਤੋਂ ਬੇਮੁੱਖ ਹੈ ਤਾਂ ਤਪੰਦਾ ਏ, ਜੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਏ ਸੁਹੰਦਾ ਏ, ਜੇ ਨਾਮ ਨਾਲੋਂ ਟੁੱਟ ਗਿਆ ਤਾਂ ਫਿਰ ਤਪੰਦਾ ਏ, ਜੇ ਮਾਲਕ ਨਾਲੋਂ ਟੁੱਟਾ ਹੈ ਤਾਂ ਤੇਰੇ ਵਾਸਤੇ ਅੱਤ ਦੀ ਤਪਸ਼ ਹੈ, ਮਾਲਕ ਦੇ ਨੇੜੇ ਹੋ ਗਿਆ ਅਤੇ ਤੇਰੇ ਵਾਸਤੇ ਉਹ ਤਪਸ਼ ਖਤਮ ਹੋ ਕੇ ਸੋਹਣਾ ਬਣ ਜਾਏਗਾ। ਬਿਲਕੁਲ ਇਸੇ ਤਰ੍ਹਾਂ ਜਿਵੇਂ ਧਰਤੀ ਜਿਹੜੀ ਹੈ, ਜਿਹੜਾ ਪਾਸਾ ਸੂਰਜ ਦੇ ਨੇੜੇ ਹੈ ਉਹ ਤਪੰਦਾ ਹੈ, ਉਹ ਤਪਦੀ ਹੈ, ਜਿਹੜੀ ਸੂਰਜ ਤੋਂ ਦੂਰ ਹੈ ਉਹ ਜਿਹੜੀ ਹੈ ਉਹਦੇ ਉੱਤੇ ਠੰਡ ਹੁੰਦੀ ਹੈ। ਇੱਦਾਂ ਜਿਹੜਾ ਮਨੁੱਖ ਪਦਾਰਥਾਂ ਦੇ ਨੇੜੇ ਹੈ ਉਹ ਤਪਦਾ ਹੈ, ਅਤੇ ਜਿਹੜਾ ਪਰਮਾਤਮਾ ਦੇ ਨੇੜੇ ਹੈ ਉਹ ਸ਼ੀਤਲਤਾ ਦਾ ਘਰ ਬਣ ਜਾਂਦਾ ਹੈ। ਇਹ ਵਿਚਾਰ